ਗੁੱਡ ਮਾਰਨਿੰਗ ਸਟੂਡੈਂਟਸ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਵਿਆਕਰਨ ਦੇ ਵਿੱਚੋਂ ਪਾਠ ਨੰਬਰ 26 ਮੁਹਾਵਰੇ ਮੁਹਾਵਰੇ ਸਭ ਤੋਂ ਪਹਿਲਾਂ ਅਸੀਂ ਮੁਹਾਵਰਿਆਂ ਬਾਰੇ ਜਾਣਾਂਗੇ ਕਿ ਮੁਹਾਵਰਾ ਕੀ ਚੀਜ਼ ਹੈ ਮੁਹਾਵਰੇ ਪੰਜਾਬੀ ਭਾਸ਼ਾ ਦਾ ਸ਼ਿੰਗਾਰ ਹਨ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਮੁਹਾਵਰਿਆਂ ਦੀ ਵਰਤੋਂ ਅਸੀਂ ਆਮ ਕਰਦੇ ਹਾਂ ਇਹ ਸਾਡੀ ਬੋਲਚਾਲ ਦੀ ਬੋਲੀ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ ਪੰਜਾਬੀ ਭਾਸ਼ਾ ਵਿੱਚ ਅਨੇਕਾਂ ਹੀ ਮੁਹਾਵਰੇ ਹਨ ਸਭ ਤੋਂ ਪਹਿਲਾਂ ਅਸੀਂ ਮੁਹਾਵਰੇ ਦੀ ਹੁਣ ਪਰਿਭਾਸ਼ਾ ਦੇਖਦੇ ਹਾਂ ਮੁਹਾਵਰੇ ਜਿਹੜੇ ਆ ਸ਼ਬਦਾਂ ਦਾ ਸਮੂਹ ਹੁੰਦਾ ਹੈ ਇਹਨਾਂ ਦਾ ਸ਼ਬਦਿਕ ਅਰਥ ਕੁਝ ਹੋਰ ਤੇ ਭਾਵ ਅਰਥ ਕੁਝ ਹੋਰ ਹੁੰਦਾ ਹੈ ਭਾਵ ਕਿ ਅਸੀਂ ਜੋ ਬੋਲਦੇ ਹਾਂ ਪਰ ਉਸ ਦਾ ਮਤਲਬ ਕੁਝ ਹੋਰ ਹੁੰਦਾ ਹੈ ਵਾਕਾਂ ਵਿੱਚ ਵਰਤੋਂ ਕਰਦੇ ਸਮੇਂ ਇਹਨਾਂ ਦੇ ਅੰਦਰੂਨੀ ਅਰਥਾਂ ਨੂੰ ਹੀ ਲਿਆ ਜਾਂਦਾ ਹੈ ਹੁਣ ਆਪਾਂ ਬੱਚੇ ਕੁਝ ਮੁਹਾਵਰੇ ਦੇਖਦੇ ਹਾਂ ਪਹਿਲਾਂ ਉਹਨਾਂ ਦੇ ਅਸੀਂ ਅਰਥ ਦੇਖਦੇ ਹਾਂ ਤੇ ਫਿਰ ਉਹਨਾਂ ਦੇ ਅਸੀਂ ਵਾਕ ਕਿਸ ਤਰ੍ਹਾਂ ਬਣਾਵਾਂਗੇ ਸਭ ਤੋਂ ਪਹਿਲਾਂ ਸਾਡਾ ਮੁਹਾਵਰਾ ਹੈਗਾ ਆ ਅੱਖਾਂ ਦਾ ਤਾਰਾ ਅੱਖਾਂ ਦਾ ਤਾਰਾ ਹੋਣਾ ਇਹਦਾ ਅਰਥ ਦਿੱਤਾ ਕਿ ਬਹੁਤ ਪਿਆਰਾ ਅੱਖਾਂ ਦਾ ਤਾਰਾ ਉਹ ਹੁੰਦਾ ਹੈ ਜੋ ਸਭ ਨੂੰ ਬਹੁਤ ਚੰਗਾ ਲੱਗੇ ਬਹੁਤ ਸਭ ਨੂੰ ਪਿਆਰਾ ਲੱਗੇ ਬਾਕ ਵਿੱਚ ਅਸੀਂ ਦੇਖਦੇ ਹਾਂ ਨਵਜੋਤ ਆਪਣੀ ਦਾਦੀ ਦੀਆਂ ਅੱਖਾਂ ਦਾ ਤਾਰਾ ਹੈ ਨਵਜੋਤ ਕਿਸੇ ਬੱਚੇ ਦਾ ਨਾਮ ਦਿੱਤਾ ਕਿ ਉਹ ਆਪਣੀ ਦਾਦੀ ਦੀ ਅੱਖਾਂ ਦਾ ਤਾਰਾ ਹੈ ਦਾਦੀ ਨੂੰ ਜਿਹੜਾ ਉਹ ਬੱਚਾ ਨਵਜੋਤ ਬਹੁਤ ਪਿਆਰਾ ਹੈ ਅਗਲਾ ਹੈਗਾ ਆਪਣਾ ਅਗ ਵਰਨਾ ਅਗ ਵਰਨਾ ਇਹਦਾ ਅਰਥ ਹੈ ਬਹੁਤ ਗਰਮੀ ਪੈਣੀ ਜਦੋਂ ਬਹੁਤ ਤੇਜ਼ ਗਰਮੀ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਅੱਗ ਵਰ ਰਹੀ ਹੈ ਜੂਨ ਵਿੱਚ ਤਾਂ ਦੁਪਹਿਰ ਵੇਲੇ ਅੱਗ ਵਰਦੀ ਹੈ ਠੀਕ ਆ ਬੱਚੇ ਬਾਗ ਵਿੱਚ ਅਸੀਂ ਦੱਸਿਆ ਕਿ ਜੂਨ ਵਿੱਚ ਤਾਂ ਦੁਪਹਿਰ ਵੇਲੇ ਅੱਗ ਵਰਦੀ ਹੈ ਜੂਨ ਮਹੀਨਾ ਜਿਹੜਾ ਬਹੁਤ ਗਰਮ ਹੁੰਦਾ ਹੈ ਅੜੀ ਕਰਨਾ ਅਗਲਾ ਬਾਗ ਸਾਡਾ ਅੜੀ ਕਰਨਾ ਅੜੀ ਮੈਨੇ ਜਿੱਦ ਕਰਨਾ ਜਿਵੇਂ ਅਸੀਂ ਕਿਸੇ ਚੀਜ਼ ਦੇ ਲਈ ਜਾਂ ਬੱਚੇ ਕਿਸੇ ਚੀਜ਼ ਨੂੰ ਲੈਣ ਲਈ ਬਹੁਤ ਜਿੱਦ ਕਰਦੇ ਹਨ ਅੜੀ ਕਰਦੇ ਹਨ ਵਾਕ ਨਾ ਮੰਮਾਂਗੇ ਨਿੱਕੇ ਬੱਚੇ ਅੜੀ ਕਰਦੇ ਰਹਿੰਦੇ ਹਨ ਜ਼ਿਆਦਾਤਰ ਕੀ ਹੁੰਦਾ ਹੈ ਜਿਹੜੇ ਨਿੱਕੇ ਬੱਚੇ ਛੋਟੇ ਬੱਚੇ ਹੁੰਦੇ ਹਨ ਉਹ ਜिद ਕਰਦੇ ਹਨ ਆਪਣੀ ਹਰ ਗੱਲ ਬੋਲਣ ਲਈ ਉਹ ਅੜੀ ਕਰਦੇ ਹਨ ਜिद ਕਰਦੇ ਹਨ ਅਗਲਾ ਵਾਕ ਹੈਗਾ ਸਾਡਾ ਈਦ ਦਾ ਚੰਨ ਹੋਣਾ ਈਦ ਦਾ ਚੰਨ ਹੋਣਾ ਬਹੁਤ देर बाद ਮਿਲਣਾ ਜਦੋਂ ਤੁਸੀਂ ਆਪਣੇ ਕਿਤੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਨੂੰ ਬਹੁਤ देर बाद ਮਿਲਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੂੰ ਤਾਂ ਈਦ ਦਾ ਚੰਨ ਹੈ ਬਾਗਬਨਾ ਨੀਹਾ ਮਨਜੀਤ ਤੂੰ ਤਾਂ ਈਦ ਦਾ ਚੰਨ ਹੋ ਗਿਆ ਏ ਪਤਾ ਨਹੀਂ ਕਿੰਨੇ ਦਿਨ ਕਿੱਥੇ ਰਹਾ ਕਿ ਤੂੰ ਇੰਨੇ ਦਿਨਾਂ ਬਾਅਦ ਮੈਨੂੰ ਮਿਲਿਆ ਹੈ ਮਨਜੀਤ ਦਾ ਨਾਮ ਲਿਆ ਹੈ ਕਿ ਤੂੰ ਤਾਂ ਈਦ ਦਾ ਚਾਂਦੀ ਹੀ ਹੋ ਗਿਆ ਹੈ ਬੜੀ ਦੇਰ ਬਾਅਦ ਮੈਨੂੰ ਮਿਲਿਆ ਠੀਕ ਹੈ ਬੱਚੇ ਹੁਣ ਉਸੇ ਮੁਹਾਵਰਿਆਂ ਤੋਂ ਬਾਅਦ ਕੁਝ ਅਖਾਣਾਂ ਦੇਖਦੇ ਹਾਂ ਇਸੇ ਤਰ੍ਹਾਂ ਜਿਹੜੇ ਅਖਾਣ ਵੀ ਹੁੰਦੇ ਹਨ ਉਹ ਵੀ ਸਾਡੀ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ ਅਖਾਣਾਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਆਪਣੀ ਮੂੰਹ ਚੜੀ ਹੋਈ ਗੱਲ ਜੋ ਸਾਡੇ ਮੂੰਹ 'ਚ ਕੋਈ ਗੱਲ ਹੋਵੇ ਉਸ ਨੂੰ ਆਖ ਦਿੰਨੇ ਹਨ ਅਖਾਣ ਠੀਕ ਆ ਅਸੀਂ ਆਪਣੇ ਮੂੰਹ ਚੜੀ ਗੱਲ ਨੂੰ ਅਖਾਣ ਆਖਦੇ ਹਨ ਇਹਨਾਂ ਨੂੰ ਅਸੀਂ ਅਕੋਤਾਂ ਵੀ ਕਹਿੰਨੇ ਹਨ ਇਹ ਕਹਾਵਤਾਂ ਵੀ ਹੁੰਦੀਆਂ ਹਨ ਮੁਹਾਵਰੇ ਨਾਲੋਂ ਜ਼ਿਆਦਾ ਵਜਨਦਾਰ ਅਰਥ ਪ੍ਰਗਟਾਉਂਦੀਆਂ ਹਨ ਕਿ ਮੁਹਾਵਰਿਆਂ ਨਾਲੋਂ ਵੀ ਜ਼ਿਆਦਾ ਇਹ ਪ੍ਰਭਾਵਸ਼ਾਲੀ ਹੁੰਦੀਆਂ ਹਨ ਬੋਲਚਾਲ ਦੇ ਵਿੱਚ ਬੋਲਚਾਲ ਵਿੱਚ ਆਉਣ ਵਾਲਾ ਬੰਨਿਆ ਹੋਇਆ ਬਾਕ ਜਿਸ ਵਿੱਚੋਂ ਕਿ ਅਨੁਭਵ ਦੀਆਂ ਗੱਲਾਂ ਸੀ ਸੰਖੇਪ ਛੋਟੇ ਰੂਪ ਦੇ ਵਿੱਚ ਅਕਸਰ ਹੀ ਅਲੰਕਾਰੀ ਬੋਲ ਵਿੱਚ ਵੀ ਕਹੀ ਜਾਂਦੀ ਹੈ ਠੀਕ ਆ ਕਿਸੇ ਸ਼ਬਦ ਨੂੰ ਕਿਸੇ ਵਾਕ ਨੂੰ ਅਸੀਂ ਅਲੰਕਾਰੀ ਬੋਲ ਦੇ ਵਿੱਚ ਵੀ ਬੋਲਦੇ ਹਾਂ ਇਸੇ ਤਰ੍ਹਾਂ ਹੁਣ ਅਸੀਂ ਅਖਾਣਾਂ ਨੂੰ ਵੀ ਵਾਕਾਂ ਵਿੱਚ ਵਰਤਾਂਗੇ ਸਭ ਤੋਂ ਪਹਿਲੀ ਅਖਾਣ ਸਾਡੀ ਹੈਗੀ ਆ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਕਿ ਹਰ ਥਾਂ ਚੌਧਰੀ ਵਣ ਵਾਲੇ ਵਿਅਕਤੀ ਲਈ ਇਹ ਅਖਾਣ ਵਰਤਿਆ ਜਾਂਦਾ ਹੈ ਜਦੋਂ ਵਿੱਚੇ ਕੋਈ ਵਿਅਕਤੀ ਆ ਹਰ ਜਗ੍ਹਾ ਹਰ ਜਗ੍ਹਾ ਮੋਰੀ ਬਣ ਜਾਵੇ ਹਰ ਜਗ੍ਹਾ ਆਪਣੇ ਆ ਹੀ ਵਿਚਾਰ ਦਵੀ ਉਸ ਨੂੰ ਅਸੀਂ ਕਹਿ ਦਿੰਨੇ ਆ ਉਹ ਕਿਹੜੀ ਗਲੀ ਕਿ ਜਿੱਥੇ ਭਾਗੋ ਨਹੀਂ ਖੜੀ ਕਿ ਜਿਹੜਾ ਹਰ ਜਗ੍ਹਾ ਆਪਣਾ ਆ ਜਾਵੇ ਮੋਰੇ ਕਿ ਮੈਂ ਹੀ ਇਸ ਨੂੰ ਦੱਸਾਂਗਾ ਮੈਂ ਹੀ ਸਭ ਕੁਝ ਕਰਾਂਗਾ ਇਸੇ ਤਰ੍ਹਾਂ ਇਹਦਾ ਬਾਖ ਦੇਖੋ ਪਿੰਡ ਦੇ ਹਰੇਕ ਚੰਗੇ ਮੰਦੇ ਵਿੱਚ ਅਲੋਕ ਨੂੰ ਮੋਰੀ ਬੇਕ ਕੇ ਸਰਪੰਚ ਨੇ ਕਿਹਾ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਅਗਲਾ ਸਾਡਾ ਹੈਗਾ ਅਖਾਣ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇਹ ਅਰਥ ਬੱਚੇ ਉਹਨਾਂ ਨੇ ਦਿੱਤਾ ਕਿ ਜਦੋਂ ਅਸੀਂ ਇਹ ਦੱਸਣਾ ਹੋਵੇ ਕਿ ਜਦੋਂ ਲੜਾਈ ਦੇ ਵਿੱਚ ਕਸੂਰ ਦੋਨਾਂ ਤਰਾਂ ਦਾ ਹੋਵੇ ਠੀਕ ਆ ਦੋਨਾਂ ਪਾਸਿਓਂ ਹੀ ਗਲਤੀ ਹੋਵੇ ਤਾਂ ਹੀ ਕਹਿੰਦੇ ਲੜਾਈ ਵੱਧਦੀ ਆ ਠੀਕ ਆ ਇਸੇ ਤਰ੍ਹਾਂ ਕਹਿੰਦੇ ਇੱਕ ਹੱਥ ਦੇ ਨਾਲ ਤਾੜੀ ਨਹੀਂ ਵੱਜਦੀ ਜਦੋਂ ਬੱਚੇ ਗਲੀ ਵਿੱਚ ਲੜ ਪਏ ਤਾਂ ਉਹਨਾਂ ਦੇ ਮਾਪੇ ਇੱਕ ਦੂਜੇ ਦੇ ਸਿਰ ਦੋਸ਼ ਲਾਉਣ ਲੱਗੇ ਪਰ ਇੱਕ ਸਿਆਣੇ ਦੇ ਕੋਲੋਂ ਕਿਹਾ ਕਿ ਹਾਂ ਕਿ ਇੱਕ ਦੂਜੇ ਤੇ ਦੋਸ਼ ਨਾ ਥੱਪੋ ਕਿਉਂਕਿ ਹੱਥ ਨਾਲ ਇੱਕ ਹੱਥ ਦੇ ਨਾਲ ਤਾੜੀ ਨਹੀਂ ਵੱਜਦੀ ਕਿ ਕਸੂਰ ਦੋਨਾਂ ਦਾ ਹੀ ਹੁੰਦਾ ਹੈ ਇੱਕ ਇੱਕ ਹਿੱਸੇ ਦਾ ਕਸੂਰ ਨਹੀਂ ਹੁੰਦਾ ਜਦੋਂ ਦੋਨਾਂ ਹਿੱਸਿਆਂ ਦਾ ਕਸੂਰ ਹੁੰਦਾ ਤਾਂ ਅਸੀਂ ਕਹਿੰਦੇ ਹਾਂ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਠੀਕ ਹੈ ਬੱਚੇ ਇਸੇ ਤਰ੍ਹਾਂ ਸਾਡੇ ਅਖਾਣ ਵੀ ਕੰਪਲੀਟ ਹੋ ਗਏ ਹਨ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਲੱਗੀ ਹੋਵੇਗੀ ਧੰਨਵਾਦ